ਹਾਂਜੀ ਅਸਲਾਮ ਵਾਲੇਕੁਮ, ਤੁਸੀਂ ਦੇਖ ਰਹੇ ਹੋ ਏ ਬੀ ਸੀ ਪੰਜਾਬੀ। ਲਓ ਜੀ, ਮੈਂ ਵੀਡੀਓ ਲਿਆ ਕੇ ਜਿਹਦੇ ਮੈਂ ਤੁਹਾਡਾ ਸ਼ੇਅਰ ਕਰਾਂਗਾ ਬੋਨਸ ਜਿਹੜਾ ਐਗਰੀਕਲਚਰ ਵਰਤੋਂ ਲਈ ਐਗਰੀਕੋਲ ਹੀ ਲਿਆ ਆਇਆ 800 ਯੂਰੋ, ਔਰ ਜਿਹੜਾ 950 ਯੂਰੋ ਦਾ ਬੋਨਸ ਆਇਆ ਉਹਦੇ ਬਾਰੇ ਮੈਂ ਤੁਹਾਡਾ ਸ਼ੇਅਰ ਕਰਾਂਗਾ, ਕੁਛ ਸ਼ੇਅਰ ਕਰਾਂਗਾ ਡਿਟੇਲ ਦੇ ਨਾਲ। ਅਤੇ ਇਹਦੇ ਤੋਂ ਇਲਾਵਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਬੋਨਸ ਉਨੀ ਕੰਪ੍ਰੈਂਸੀਵੋ ਔਰ ਰੈਦੀ ਦੀ ਐਮਰਜੈਂਸੀ ਦੇ ਬਾਰੇ ਵੀ ਆਟੋਮੈਟਿਕ ਨੇ ਦਮਾਦਾ ਕਰਨਾ, ਕੀ ਕਰਨਾ, ਕਿਵੇਂ ਕਰਨਾ, ਸਾਰਾ ਕੁਝ ਮਿਲੇਗਾ ਇਸ ਵੀਡੀਓ ਵਿੱਚ। ਮੇਰੀ ਹੌਸਲਾ ਅਫਜ਼ਾਈ ਦੇ ਲਈ ਲਾਈਕ ਜ਼ਰੂਰ ਕਰਨਾ ਔਰ ਵੀਡੀਓ ਨੂੰ ਸ਼ੇਅਰ ਕਰਨਾ ਕਿ ਬਾਕੀ ਦੀ ਹੋਵੇ ਹੌਸਲਾ ਅਫਜ਼ਾਈ ਔਰ ਹੈਲਪ ਹੋਵੇ। ਅਤੇ ਕਿਉਂਕਿ ਅੱਛੀ ਨਿਊਜ਼ ਹੈ, ਅੱਛੀ ਅਪਡੇਟਸ ਆ ਰਹੀਆਂ ਨੇ, ਅਤੇ ਉਹ ਜ਼ਰੂਰੀ ਹੈ ਤੁਹਾਡੇ ਨਾਲ ਸ਼ੇਅਰ ਕਰਨੀ ਹੈ ਮੇਰੇ ਵੱਲੋਂ, ਔਰ ਤੁਹਾਡੇ ਵੱਲੋਂ ਵੀ ਜ਼ਰੂਰੀ ਹੈ ਕਿ ਦੂਜਿਆਂ ਨਾਲ ਸ਼ੇਅਰ ਕਰਨਾ। ਅਤੇ ਲਓ ਜੀ, ਗੱਲ ਕਰ ਗਏ ਸੀ ਬੋਨਸ ਉਨੀ ਕੰਪ੍ਰੈਸਿਵੋ 24 ਯੂਰੋ ਦਾ ਬੋਨਸ ਉਨੀ ਕੰਪ੍ਰੈਸਿਵੋ। ਉਹ ਕੱਲ੍ਹ ਦੀਆਂ ਉਹਦੀਆਂ ਡੇਟੀਆਂ ਜਿਹੜੀਆਂ ਸ਼ੋ ਹੋ ਰਹੀਆਂ ਨੇ ਵੀ ਕਿਹੜੀ ਤਰੀਕ ਨੂੰ ਐਜ਼ ਹੀ ਤੋਂ ਸ਼ੋ ਹੋ ਰਹੇ ਆ, ਫਸਟੀਕੁਲ ਪ੍ਰੈਜ਼ੀਡੈਂਸੀ ਵਾਲੇ ਜਾ ਕੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਤੁਹਾਡੀਆਂ ਡੇਟਾਂ ਵਗੈਰਾ ਸ਼ੋ ਹੋ ਰਹੀਆਂ ਨੇ, ਕਿਹੜੀ ਤਰੀਕ ਨੂੰ ਤੁਹਾਨੂੰ ਪੈਸੇ ਮਿਲ ਰਹੇ ਨੇ। ਅਤੇ ਜੇ ਤੁਹਾਡੇ ਵੀ ਸ਼ੋ ਹੋ ਰਹੇ ਆ ਤਾਂ ਕਮੈਂਟ ਦੇ ਵਿੱਚ ਦੱਸਣਾ, ਬਿਲਕੁਲ ਨਾ ਭੁੱਲੋ ਐ ਵੀ ਕਿ ਬਾਕੀ ਨੂੰ ਵੀ ਪਤਾ ਲੱਗ ਸਕੇ ਕਿ ਪੈਸੇ ਆ ਰਹੇ ਨੇ। ਨਵਾਂ ਦਮਾਂ ਦਾ ਜਿਹੜਾ ਉਦਮੀ ਜਿਹੜੀ ਤਰਾਂਚ ਆ 1600 ਯੂਰੋ ਦੀ 2 ਮਹੀਨੇ ਦੇ ਮਿਲਣੇ ਨੇ। ਇਹਦੇ ਬਾਰੇ ਕੀ ਅਪਡੇਟ ਹੈ ਜੀ? ਬੇਸਿਕਲੀ ਇਹ ਤਕਰੀਬਨ 99% ਦਮਾਂ ਦਾ ਜਿਹੜੇ ਨੇ ਇਹ ਆਟੋਮੈਟਿਕ ਹੀ ਹੋਣਗੇ, ਇਹ ਆਟੋਮੈਟਿਕਲੀ ਹੀ ਹੋਣੇ ਨੇ ਦਮਾਂਦੇ, ਉਹਨਾਂ ਬੰਦਿਆਂ ਨੂੰ ਛੱਡ ਕੇ ਜਿਹਨਾਂ ਬੰਦਿਆਂ ਨੇ ਪਹਿਲੀ ਵਾਰ ਦਮਾਂਦਾ ਕਰਨਾ। ਕਿਉਂਕਿ ਜੇ ਕਿਸੇ ਨੇ 2400 ਯੂਰੋ ਦਾ ਦਮਾਂਦਾ ਅਵੇਲੇ ਕੀਤਾ ਹੋਇਆ ਸੀ, ਉਹਦਾ ਆਟੋਮੈਟਿਕਲੀ 1600 ਯੂਰੋ ਦਾ ਦਮਾਂਦਾ ਹੋ ਜਾਏਗਾ, ਉਹਨੂੰ ਦੁਬਾਰਾ ਦਮਾਂਦਾ ਕਰਨ ਦੀ ਲੋੜ ਨਹੀਂ ਪੈਣਗੀ। ਜੇ ਕਿਸੇ ਬੰਦੇ ਨੇ 2400 ਯੂਰੋ ਦਾ ਦਮਾਂਦਾ ਨਹੀਂ ਕੀਤਾ ਸੀ, ਉਹਨੂੰ ਨਵਾਂ ਦਮਾਂਦਾ ਕਰਨਾ ਪਵੇਗਾ 2400 ਯੂਰੋ ਵਾਲੇ ਬੋਨਸ ਦਾ। ਅਤੇ ਇਹ ਦਮਾਂਦਾ ਕਦ ਸ਼ੁਰੂ ਕਰਨਾ ਹੈ ਔਰ ਐਕਸਪਾਇਰੀ ਡੇਟ ਕਦ ਹੋਵੇਗੀ, ਇਹਦੇ ਬਾਰੇ ਅਪਡੇਟ ਕਰਨੀ ਹੈ ਈਮਸ ਨੇ। ਜਦ ਹੀ ਅਪਡੇਟ ਕਰਨਗੇ ਮੈਂ ਕੋਸ਼ਿਸ਼ ਕਰਾਂਗਾ ਤੁਹਾਡੇ ਨਾਲ ਸ਼ੇਅਰ ਕਰਨ ਦੇ ਲਈ। ਫਿਲਹਾਲ ਕੋਈ ਇਸਦੀ ਐਕਸਪਾਇਰੀ ਡੇਟ ਨਹੀਂ ਹੈ ਔਰ ਕਦ ਤੋਂ ਸ਼ੁਰੂ ਹੋਣਾ ਦਮਾਂਦਾ, ਜਿਨ੍ਹਾਂ ਨੇ ਨਵਾਂ ਜਾਂ ਪਹਿਲੀ ਵਾਰੀ ਕਰਨਾ ਦਮਾਂਦਾ 2400 ਯੂਰੋ ਦੇ ਬੋਨਸ ਦਾ, ਇਹ ਫਿਲਹਾਲ ਕੋਈ ਅਪਡੇਟ ਨਹੀਂ, ਜਿਵੇਂ ਆਵੇਗੀ ਤੁਹਾਡੇ ਨਾਲ ਸ਼ੇਅਰ ਕਰਾਂਗਾ। ਗੱਲ ਕਰਾਂਗੇ ਉਸ ਰੈਦੀ ਦੀ ਐਮਰਜੈਂਸੀ ਦੀ। ਰੈਦੀ ਦੀ ਐਮਰਜੈਂਸੀ ਜਿਵੇਂ ਮੈਂ ਤਾਂ ਕੱਲ੍ਹ ਵੀ ਤੁਹਾਨੂੰ ਦੱਸਿਆ ਸੀ ਕਿ ਇਹਦੇ ਲਈ ਤੁਹਾਨੂੰ ਜਿਹੜੀ ਕਿ ਨਵੇਂ 4 ਰਾਤੇ ਆਏ ਨੇ, ਜਿਹੜੇ ਨਵੇਂ 4 ਰਾਤੇ ਆਏ ਨੇ ਇਹ ਤੁਹਾਨੂੰ ਲੈ ਕੇ ਜਾਣਗੇ ਜੂਨ, ਜੁਲਾਈ, ਅਗਸਤ, ਸਪਤੰਬਰ ਤੱਕ। ਸਪਤ ਔਰ ਇਹ ਅੱਗੇ ਪ੍ਰੋਰੋਗਾ ਇਹਨਾਂ ਨੂੰ ਹੋਰ ਵੀ ਦਿੱਤਾ ਜਾ ਸਕਦਾ ਦਸੰਬਰ ਤੱਕ ਵੀ। ਫਿਲਹਾਲ ਜਿਹੜਾ ਹਾਲ ਦੀ ਘੜੀ ਹੈ, ਪ੍ਰੋਰੋਗਾ ਦੇ ਦਿੱਤਾ ਹੈ 4 ਅਗਲੇ ਮਹੀਨਿਆਂ ਦਾ, ਲੇਕਿਨ ਉਹਦਾ ਤੁਹਾਨੂੰ ਦਮਾਂਦਾ ਕਰਨਾ ਪੈਣਾ। ਯਾਨੀ ਕਿ ਜਦ ਦਮਾਂਦਾ ਆਟੋਮੈਟਿਕ ਨਹੀਂ ਹੈ ਵੀ, ਯਾਨੀ ਕਿ ਦਮਾਂਦਾ ਕਰੋਗੇ ਫਿਰ ਰੀਬੋਲ ਉਤਾਰੇ ਕਰਨਗੇ, ਫਿਰ ਦੁਬਾਰਾ ਤੁਹਾਡੀ ਉਹ ਚੈੱਕ ਕਰਨਗੇ ਵੀ ਤੁਸੀਂ ਇਸ 4 ਰਾਤਿਆਂ ਦੇ, ਯਾਨੀ ਕਿ ਇਹ ਜਿਹੜਾ ਬੋਨਸ ਹੈ 800 ਜਾਂ 840 ਯੂਰੋ ਤੱਕ ਮੈਕਸੀਮਮ ਰੈਦ ਦੀ ਐਮਰਜੈਂਸੀ, ਤੁਸੀਂ ਇੱਕ ਦੇ ਇਸ ਦੇ ਹੱਕਦਾਰ ਹੋ ਕਿ ਨਹੀਂ, ਅਤੇ ਫਿਰ ਤੁਹਾਨੂੰ ਤੁਹਾਡਾ ਦਮਾਂਦਾ ਐਕਸੈਪਟ ਵਗੈਰਾ ਕੀਤਾ ਜਾਏਗਾ। ਫਿਲਹਾਲ ਇਹਦੀ ਰੈਦ ਦੀ ਐਮਰਜੈਂਸੀ ਦੀ ਜਿਹੜੀ ਹੈ ਇਹ ਐਕਸਪਾਇਰੀ ਡੇਟ ਹੈਗੀ, ਜਿਹੜੀ ਹਾਲ ਦੀ ਘੜੀ ਦੱਸੀ ਨੇ ਉਹ 31 ਜੁਲਾਈ ਤੱਕ ਹੈ। ਦਮਾਂਦਾ ਕਦ ਤੋਂ ਸਟਾਰਟ ਕਰਨਾ ਹੈ ਇਹ ਵੀ ਤੁਹਾਡੇ ਨਾਲ ਦੇ ਨਾਲ ਅਪਡੇਟ ਕਰਾਂਗੇ, ਅਤੇ ਜਿਵੇਂ ਅਪਡੇਟ ਮੈਨੂੰ ਮਿਲੇਗੀ ਮੈਂ ਉਵੇਂ ਤੁਹਾਡੇ ਨਾਲ ਸ਼ੇਅਰ ਕਰਦਾ ਰਹਾਂਗਾ। ਅਤੇ ਗੱਲ ਕਰੀਏ ਜੀ ਰੈਤ ਦੀ ਐਮਰਜੈਂਸੀ ਦੇ, ਜਿਵੇਂ ਕਿ ਸਾਨੂੰ ਪਤਾ ਐ ਜੀ ਤੋਂ ਆ ਰਹੇ ਨੇ ਸਭ, ਉਹਨਾਂ ਸਾਰਾ ਯਾਰਾਂ ਦੋਸਤਾਂ ਭੈਣਾਂ ਭਰਾਵਾਂ ਨੂੰ ਮੁਬਾਰਕ ਹੈ ਜਿਨ੍ਹਾਂ ਦੇ ਪੈਸੇ ਆ ਰਹੇ ਨੇ ਔਰ ਆ ਚੁੱਕੇ ਹੋਏ ਨੇ ਰੈਤ ਦੀ ਐਮਰਜੈਂਸੀ ਦੇ ਮਾਰਚ ਦੇ, ਔਰ ਉਹਨਾਂ ਨੂੰ ਮੈਂ ਇੱਕ ਹੋਰ ਖੁਸ਼ਖਬਰੀ ਦੇਣਾ ਚਾਹਾਂਗਾ, ਕਿਉਂਕਿ ਹੁਣ ਬੋਨਸ ਨਤੀਜ਼ੀਆਂ ਨੇ ਅੱਛੇ ਅੱਛੇ ਨੋਟਿਸਿਜ਼ ਨੇ ਕਿ ਅਗਲੀ 26 ਨੂੰ ਜਾਂ 27 ਨੂੰ ਉਹਨਾਂ ਦੇ ਅਪ੍ਰੈਲ ਦੇ ਪੈਸੇ ਵੀ ਆ ਜਾਣਗੇ, 26-27 ਨੂੰ ਜਾਂ ਇਹਦੇ ਤੋਂ ਅਗਲੇ ਦਿਨਾਂ ਵਿੱਚ ਅਪ੍ਰੈਲ ਦੇ ਪੈਸੇ ਵੀ ਆ ਜਾਣਗੇ। ਜੇ ਤੁਹਾਡੇ ਵੀ ਪੈਸੇ ਆ ਗਏ ਨੇ ਦੂਸਰੇ ਦਾ ਐਜ਼ੀ ਤੋਂ ਆਉਣ ਆ ਜਾਏ ਤਾਂ, ਜਾਂ ਪਿਛਲੇ ਪੈਸੇ ਆ ਗਏ ਤਾਂ ਕਮੈਂਟ ਦੇ ਵਿੱਚ ਦੱਸਣਾ, ਬਿਲਕੁਲ ਨਾ ਭੁੱਲੋ ਹੈ ਵੀ ਕਿ ਬਾਕੀ ਨੂੰ ਵੀ ਖੁਸ਼ੀ ਹੋਵੇ, ਹੌਸਲਾ ਅਫਜ਼ਾਈ ਹੋਵੇ, ਕਿਉਂਕਿ ਕਿਸੇ ਯਾਰ ਦੋਸਤ ਭਰਾ ਦਾ ਭਲਾ ਹੋਵੇ ਤਾਂ ਬਾਕੀ ਨੂੰ ਖੁਸ਼ੀ ਹੁੰਦੀ ਹੈ। ਅਤੇ ਇਹਦੇ ਵੀ ਦਮਾਂਦਾ ਜਿਹੜਾ ਇਹ ਫਿਨੋ ਤਰੰਤਾਉਨੋ ਲੂਲੀਓ 31 ਜੁਲਾਈ ਤੱਕ ਹੋਵੇਗਾ। ਰਿਕੁਆਇਰਮੈਂਟ ਉਹੀ ਹੈ ਇਹਦੀ, ਰਿਕੁਆਇਰਮੈਂਟ ਵਿੱਚ ਕੋਈ ਚੇਂਜਿੰਗ ਨਹੀਂ ਹੈ ਵੀ ਰੈਤ ਦੀ ਐਮਰਜੈਂਸੀ ਦੀ, ਜੇ ਤੁਹਾਡੇ ਲਈ ਕੰਪੈਟੀਬਲ ਹੈ ਤਾਂ ਤੁਹਾਨੂੰ ਵੀ ਰੈਤ ਦੀ ਐਮਰਜੈਂਸੀ ਦਮਾਂਦਾ ਕਰਨਾ ਚਾਹੀਦਾ ਹੈ। ਹੁਣ ਗੱਲ ਕਰਾਂਗੇ ਬੋਨਸ ਪੇਜ਼ਾ ਦੀ, ਅਤੇ ਬੋਨਸ ਅਫੀਤੋ ਔਰ ਬੁਲੇਤਾ ਵਗੈਰਾ, ਜਿਹੜਾ ਬੋਨਸ ਅਫੀਤੋ ਔਰ ਬੁਲੇਤਾ ਜਿਹੜਾ ਇਹ ਬੇਸਿਕਲੀ ਕਦ ਸਟਾਰਟ ਹੋਣਾ? ਦੇਖੋ ਜੀ, ਇਹ ਬੋਨਸ ਅਫੀਤੋ ਜਾਂ ਜਿਹੜੀਆਂ ਬੋਨੀ ਵਗੈਰਾ ਦਿੰਦੇ ਨੇ, ਠੀਕ ਹੈ, ਫੈਮਲੀਜ਼ ਵਗੈਰਾ ਲਈ ਕਮੂਨੇ ਦੀ ਤਰਫੋਂ, ਇਹ ਹੁਣ ਪਹਿਲੀ ਵਾਰੀ ਨਹੀਂ ਦੇਣ ਲੱਗੇ, ਪਿਛਲੇ ਸਾਲ ਤੋਂ ਦੇ ਰਹੇ ਨੇ। ਜਿਹੜੀ ਫੈਮਲੀਜ਼ ਵਗੈਰਾ ਜਿਨ੍ਹਾਂ ਦੇ ਹਾਲਾਤ ਮਾੜੇ ਨੇ, ਕੁਛ ਕਮੂਨੇ ਪਹਿਲੇ ਦੇ ਦਿੰਦੇ ਨੇ, ਕੁਛ ਬਾਅਦ ਵੀ ਦੇ ਦਿੰਦੇ ਨੇ, ਕੁਛ ਮਹੀਨਾ ਪਹਿਲੇ ਦੇਣਗੇ, ਕੁਛ 2-4 ਮਹੀਨੇ ਬਾਅਦ ਦੇ ਦੇਣਗੇ, ਲੇਕਿਨ ਇਹਦੇ ਲਈ ਇੱਕ ਖਾਸ ਕਿਸਮ ਦੀ ਰਕਮ ਮੁਖਤਸ ਕੀਤੀ ਗਈ ਹੈ ਕਿ ਸਾਰੇ ਕਮੂਨੇ ਜਿਹੜੇ ਨੇ ਆਪਣੇ ਆਪਣੇ ਹਿਸਾਬ ਕਿਤਾਬ ਦੇ ਨਾਲ ਬੋਨਸ ਯਾਨੀ ਕਿ ਅਜਬਲਸੀਓ ਨੇ ਸਹੂਲਤਾਂ ਦੇਣਗੀਆਂ ਤੁਹਾਡੇ
ਕਿਰਾਏ ਦੇ ਵਿੱਚ 60% ਤੱਕ ਦੇ ਸਕਦੇ ਨੇ, ਔਰ ਇਹਦੇ ਤੋਂ ਇਲਾਵਾ ਬੁਲੇਟ ਤੇ ਵਗੈਰਾ ਦੀ ਕਨਸੈਸ਼ਨ ਦੇ ਸਕਦੇ ਨੇ, ਔਰ ਇਹਦੇ ਤੋਂ ਇਲਾਵਾ ਬੋਨੀਆਂ ਵਗੈਰਾ ਤੁਹਾਨੂੰ ਮਿਲ ਸਕਦੀਆਂ ਨੇ, ਜਿਹੜਾ ਤੁਸੀਂ ਆਪਣੇ ਆਪਣੇ ਕਮੂਨੇ ਦੇ ਹਿਸਾਬ ਨਾਲ, ਯਾਨੀ ਕਿ ਉਹ ਕਮੂਨੇ ਦੀ ਓਫੀਸ਼ੀਅਲ ਵੈਬਸਾਈਟ ਹੁੰਦੀ ਹੈ, ਤੁਸੀਂ ਚੈੱਕ ਕਰਦੇ ਰਹੋ ਜਾਂ ਕਮੂਨੇ ਨੂੰ ਫੋਨ ਮਾਰ ਕੇ ਤੁਹਾਨੂੰ ਪੁੱਛਣਾ ਪੈਂਦਾ ਰਹੇਗਾ, ਕਿਉਂਕਿ ਇਹ ਆਪਣਾ ਆਪਣੇ ਯਾਨੀ ਕਿ ਹਰ ਕਮੂਨਾ ਕਮੂਨਾ ਜਿਹੜਾ ਹੈ ਇਹ ਆਪਣਾ ਡਿਸਾਈਡ ਕਰਨਗੇ, ਇਹ ਗੌਰਮੈਂਟ ਦੇ ਤਰਫੋਂ ਡਿਸਾਈਡ, ਗੌਰਮੈਂਟ ਜਿਹੜੀ ਇਹ ਪ੍ਰੋਵਾਈਡ ਕਰੇਗੀ ਸਾਰੇ ਕਮੂਨਿਆਂ ਨੂੰ ਪੈਸੇ, ਬੋਨੀ ਬੋਨੀ ਸਪੇਸ ਆ ਜਿਹੜਾ ਉਹਦੇ ਪੈਸੇ ਪ੍ਰੋਵਾਈਡ ਕਰੇਗੀ, ਬੋਨਸ ਅਫੀਤੋ ਦੇ ਪੈਸੇ ਪ੍ਰੋਵਾਈਡ ਕਰੇਗੀ, ਇਹ ਚੀਕਵੇਚਾਂ ਤੋਂ ਮਿਲੀਓਨ ਐਵਰੋ ਉਹਨਾਂ ਨੇ ਪ੍ਰੋਵਾਈਡ ਕਰਨਾ ਸਾਰੇ ਕਮੂਨਿਆਂ ਨੂੰ, ਤਾਂ ਅੱਗੂ ਉਹ ਡਿਸਾਈਡ ਕਰਨਗੇ ਕਿ ਕੀ ਰਿਕੁਆਇਰਮੈਂਟ ਹੋਵੇਗੀ, ਯਾਨੀ ਕਿ ਇਹ ਹਰ ਕਮੂਨਾ ਡਿਸਾਈਡ ਕਰੇਗਾ ਕਿ ਕਿਤਨੇ ਕਿਹੜੇ ਬੰਦੇ ਨੂੰ ਕਿਤਨੇ ਪੈਸਿਆਂ ਦੀ ਕੀ ਲੋੜ ਹੈ, ਔਰ ਕਿਤਨੀ ਬੋਨੀ ਦੇਣੀ ਹੈ, ਕਿਤਨਾ ਬੋਨਸ ਅਫੀਤੋ ਦੇਣਾ ਜਾਂ ਬੁਲੇਤਾ ਦੇਣਾ, ਇਹ ਕਮੂਨਾ ਹੀ ਡਿਸਾਈਡ ਕਰੇਗਾ ਔਰ ਕਦ ਸਟਾਰਟ ਕਰਨਾ ਹੈ ਬੋਨਸ। ਅਤੇ ਹੁਣ ਗੱਲ ਕਰੀਏ ਜੀ ਬੋਨਸ ਐਗਰੀਕਲਚਰ ਦੀ, ਐਗਰੀਕਲਚਰ ਦੇ ਬੋਨਸ ਦੀ ਰਿਕੁਆਇਰਮੈਂਟ ਕੀ ਹੈ ਜੀ? ਰਿਕੁਆਇਰਮੈਂਟ ਜਿਵੇਂ ਕਿ ਸਾਨੂੰ ਪਤਾ ਹੈ, ਇਹ ਸਭ ਤੋਂ ਪਹਿਲੇ ਤਾਂ ਜਿਹਨਾਂ ਬੰਦਿਆਂ ਨੇ ਪਹਿਲੇ ਪਿਛਲੇ ਸਾਲ ਬੋਨਸ ਕੀਤੇ ਨੇ ਨਾ, ਉਹਨਾਂ ਨੂੰ ਬੋਨਸ ਕਰਨ ਦੀ ਦਮਾਦਾ ਕਰਨ ਦੀ ਲੋੜ ਨਹੀਂ ਪੈਣੀ ਹੈ, ਵੀ ਉਹਨਾਂ ਦਾ ਦਮਾਦਾ ਆਟੋਮੈਟਿਕਲੀ ਹੋ ਜਾਏਗਾ, ਯਾਨੀ ਕਿ ਜਿਨ੍ਹਾਂ ਨੇ ਪਿਛਲੇ ਸਾਲ 500 ਜਾਂ 600 ਯੂਰੋ ਜਿਨ੍ਹਾਂ ਨੇ 2020 ਦੇ ਵਿੱਚ ਬੋਨਸ ਲਿਆ ਸੀ, ਉਹਨਾਂ ਦਾ ਦਮਾਦਾ ਜਿਹੜਾ ਇਹ ਆਟੋਮੈਟਿਕਲੀ ਹੀ ਹੋ ਜਾਏਗਾ ਜੇ ਰਿਕੁਆਇਰਮੈਂਟ ਪੂਰੀ ਹੈ। ਤਾਂ ਰਿਕੁਆਇਰਮੈਂਟ ਕੀ ਹੈ ਬੇਸਿਕਲੀ? ਇਹ ਜਿਹੜਾ ਬੋਨਸ ਹੈ ਐਗਰੀਕਲਚਰ ਦਾ, ਇੱਕ ਵਾਰੀ ਵਨ ਟਾਈਮ ਬੋਨਸ ਹੈ, ਜਿਨ੍ਹਾਂ ਨੇ ਰੈਤੂ ਦੀ ਐਮਰਜੈਂਸੀ ਦਮਾਦਾ ਨਹੀਂ ਕੀਤਾ ਹੈ ਵੀ, ਜਿਨ੍ਹਾਂ ਨੇ ਰੈਤੂ ਜਿਹਦੇ ਦਿਨਾਂ ਦਾ ਦਮਾਦਾ ਨਹੀਂ ਕੀਤਾ ਹੈ ਵੀ, ਔਰ ਜਿਨ੍ਹਾਂ ਨੇ ਬੋਨਸ ਉਨੀ ਕੰਪਰੈਂਸੀ ਵੋ 2400 ਯੂਰੋ ਦਾ ਦਮਾਦਾ ਨਹੀਂ ਕੀਤਾ ਹੈ ਵੀ, ਉਹ ਬੰਦੇ ਇਹ ਬੋਨਸ ਲੈ ਸਕਦੇ ਨੇ 800 ਯੂਰੋ ਦਾ ਬੋਨਸ, ਔਰ ਜਾਂ ਫਿਰ ਜਿਹੜਾ 950 ਯੂਰੋ ਦਾ ਬੋਨਸ ਹੈ ਇਹ ਅਪਲਾਈ ਕਰ ਸਕਦੇ। 950 ਜਿਹੜੇ 950 ਯੂਰੋ ਦਾ ਘੋੜੇ ਨੇ ਪਿਸਕਤੂਰੀ ਐਤੋਨੋਮੀ, ਜਿਹੜੇ ਕਿ ਮਾਹੀਗੀਰੀ ਦਾ ਕੰਮ ਵਗੈਰਾ ਕਰਦੇ ਨੇ ਜਾਂ ਫਿਰ ਕੋਪਰਾਤੀਵਾ ਵਗੈਰਾ ਹੈ ਆਪਣੀ, ਉਹਨਾਂ ਦੇ ਲਈ 950 ਯੂਰੋ ਦਾ ਬੋਨਸ ਹੈ, ਔਰ ਐਗਰੀਕਲਚਰ ਦੇ ਸੈਕਟਰ ਦੇ ਲਈ ਵਨ ਟਾਈਮ ਬੋਨਸ ਹੈ 800 ਯੂਰੋ ਦਾ ਬੋਨਸ, ਇਹ ਉਹਨਾਂ ਨੂੰ ਮਿਲ ਸਕਦਾ ਹੈ। 50 ਅਲਮੈਨੋ ਚਿਕਵਾਂ ਤਾਂ ਜੋਰਨਾ ਅਤੇ ਲੈਬੋਰੇਟਰੀ, ਯਾਨੀ ਕਿ 50 ਦਿਨ ਕੰਮ ਕੀਤਾ ਹੋਇਆ 2020 ਦੇ ਵਿੱਚ, ਅਤੇ ਜਿਹੜੇ ਮੈਂ ਦੱਸੇ ਨੇ ਇਹ ਕੰਪੈਟੀਬਲ ਨਹੀਂ ਹੈ ਰੈਮ ਦੇ ਨਾਲ, ਰੈਤੂ ਐਮਰਜੈਂਸੀ ਰੈਤੂ ਚੇ ਦੇ ਨਾਲ ਦਾ ਨਾਲ ਬੋਨਸ ਉਨੀ ਕੰਪਰੈਂਸੀ ਵਧਣਾ, ਅਤੇ ਜੇ ਰਿਕੁਆਇਰਮੈਂਟ ਤੁਹਾਡੀ ਪੂਰੀ ਹੈ, ਜੇ ਪਿਛਲੇ ਸਾਲ ਤੁਸੀਂ 500-600 ਬੋਨਸ ਲਿਆ ਸੀ, ਤੁਹਾਨੂੰ ਦਮਾਦਾ ਕਰਨ ਦੀ ਲੋੜ ਨਹੀਂ ਹੈ ਵੀ। ਅਤੇ ਇਹਦੇ ਤੋਂ ਇਲਾਵਾ ਇਹ ਬੋਨਸ ਜਿਹੜਾ ਵੇ ਇਹ ਅਪਲਾਈ ਹੋਣਾ ਹੈ ਕੌਮੇ ਇਕਵਾਂਦੋ ਰਿਕੇ ਦੇਰ ਲਓ, ਕਦ ਔਰ ਕਿਵੇਂ ਪੁੱਛ ਇਹ ਤੁਸੀਂ ਇਹਦਾ ਦਮਾਦਾ ਕਰਨਾ ਹੈ? ਦਮਾਦਾ ਤੁਸੀਂ ਕਰਨਾ ਇਨ ਤੁਰੰਤ ਤੁਰੰਤ ਜੂਨ 30 ਜੂਨ ਦੇ ਵਿੱਚ ਵੀ ਤੁਸੀਂ ਇਹਦਾ ਦਮਾਦਾ ਕਰਨਾ ਹੈ। ਲਦਮਾਦਾ ਵਨ ਔਫ ਇਤਵਾ ਤੋਂ ਇੰਤਰਾ ਤੰਤ ਜੂਨ 2021 ਪਹਿਲਾਂ ਪਹਿਲਾਂ ਇੰਪੋਸੀਬਿਲਿਤਾ ਦੀ ਫਰੀਸ਼ੋਨੇ ਬੋਨਸ ਨੋਨ ਸਥਾਨ 'ਤੇ ਦਸਿਫਿਸ਼ੋਨੇ ਤੂ ਤੀ ਰਿਕਵੈਜ਼ੀ ਤੀ ਰਿਕੇਸ ਦੀ, ਜਿਹੜੀ ਰਿਕੁਆਇਰਮੈਂਟ ਹੈਗੀ ਹੈ ਜੇ ਤੁਸੀਂ ਰਿਕੁਆਇਰਮੈਂਟ ਪੂਰੀ ਕਰੋਗੇ ਅਤੇ ਇਹ ਦਮਾਦਾ ਤੁਸੀਂ ਅੱਕ ਰੱਖ ਦਿਓ ਕਰਨ ਦਾ, ਔਰ ਇਹ ਦਮਾਦਾ ਤੁਹਾਨੂੰ ਮਿਲੇਗਾ ਇਨ ਤੁਰੰਤ ਤੁਰੰਤ ਜੂਨ 30 ਜੂਨ ਦੇ ਵਿੱਚ ਵੀ ਤੁਸੀਂ ਦਮਾਦਾ ਕਰਨਾ ਐਗਰੀਕਲਚਰ ਦੇ ਬੋਨਸ ਦਾ, ਜਿਹਦੇ ਲਈ ਗੌਰਮੈਂਟ ਨੇ 448 ਮਿਲੀਅਨ ਐਵਰੋ ਮੁਖਤਸ ਕੀਤਾ ਹੋਇਆ 2021 ਦੇ ਲਈ, ਯਾਨੀ ਕਿ ਇਹ ਦਮਾਦਾ ਤੁਸੀਂ ਜੇ ਕਰੋਗੇ ਤਾਂ ਤੁਹਾਨੂੰ 800 ਯੂਰੋ ਤੱਕ ਮਿਲ ਸਕਦਾ ਹੈ, ਜਾਂ ਫਿਰ ਜੇ ਤੁਸੀਂ ਮਾਹੀਗੀਰੀ ਦੇ ਸੈਕਟਰ ਦੇ ਵਿੱਚੋਂ ਪੇਸਕਾਤੂਰਾ ਤੋਨੋਮੀ ਜਾਂ ਫਿਰ ਕੋਪਰਾਤੀਵਾ ਵਗੈਰਾ ਤਾਂ 950 ਯੂਰੋ ਤੱਕ ਮਿਲ ਸਕਦਾ ਹੈ। ਅਤੇ ਇਹ ਕਦ ਦਮਾਦਾ ਸ਼ੁਰੂ ਹੋਵੇਗਾ ਕਿਵੇਂ, ਇਹ ਬਿਲਕੁਲ ਇਹ ਡਿਪੈਂਡ ਕਰਦਾ ਏਮਸ ਦੇ ਉੱਤੇ, ਏਮਸ ਇੱਕ ਪਲੇਟਫਾਰਮ ਦੇਗੀ, ਉੱਥੋਂ ਦੱਸੇਗੀ ਕਿ ਕਿਹੜਾ ਦਮਾਦਾ ਕਿੱਥੋਂ ਦਮਾਦਾ ਕਰਨਾ ਹੈ, ਕਿਹੜੇ ਮੁਦੋਲੇ ਹੋਣਗੇ ਫਿਲ ਕਰਨੇ ਨੇ, ਕੀ ਕਰਨਾ ਹੈ ਜੇ ਕਿਸੇ ਨੇ ਪਿਛਲੀ ਵਾਰ ਜੇ ਕਿਸੇ ਨੇ ਪਿਛਲੀ ਵਾਰ ਲਿਆ ਸੀ ਐਗਰੀਕਲਚਰ ਦੇ ਸੈਕਟਰ ਦੀ ਬੋਨਸ, ਔਰ ਜੇ ਕੰਪੈਟੀਬਲ ਹੈ ਨੇ ਤਾਂ ਉਹਨਾਂ ਨੂੰ ਤਾਂ ਆਟੋਮੈਟਿਕਲੀ ਆਏਗਾ, ਜੇ ਕੰਪੈਟੀਬਲ ਨਹੀਂ ਹੈ, ਜੇ ਕਿਸੇ ਨੇ ਪਹਿਲੀ ਵਾਰੀ ਕਰਨਾ ਦਮਾਦਾ ਤਾਂ ਉਹਦੇ ਲਈ ਰਿਕੁਆਇਰਮੈਂਟ ਕੀ ਹੈ ਇਹ ਏਮਸ ਦੀ ਤਰਫੋਂ ਹੀ ਦੱਸਿਆ ਜਾਏਗਾ, ਜਿਵੇਂ ਦੱਸਿਆ ਜਾਏਗਾ ਮੈਂ ਉਵੇਂ ਹੀ ਤੁਹਾਡੇ ਨਾਲ ਸ਼ੇਅਰ ਕਰ ਦਿਆਂਗਾ। ਲਓ ਜੀ ਫਿਲਹਾਲ ਇਤਨਾ ਹੀ ਸੀ, ਜੇ ਵੀਡੀਓ ਵਧੀਆ ਲੱਗੇ ਤਾਂ ਸ਼ੇਅਰ ਕਰੋ, ਮਿਲਾਂਗੇ ਅਗਲੀ ਵੀਡੀਓ ਵਿੱਚ, ਤਦ ਤੱਕ ਲਈ ਇਜਾਜ਼ਤ ਦਿਓ, ਫਿਰ ਮਾਨ ਲਾ।